ਗਲੋਬਲ ਪੰਜਾਬ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਕਿਸਾਨਾਂ ਦੀ ਤਰਾਸਦੀ ਤੇ ਖੁਦਕੁਸ਼ੀਆਂ ਨਾਲ ਜੁੜੇ ਬਹੁਤ ਸਾਰੇ ਮੁੱਦਿਆਂ ਤੇ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਦੋ ਪੜਾਅ ਵਿੱਚ ਚਰਚਾ ਕਰ ਰਹੇ ਹਾਂ। ਜਿੱਦਾਂ ਪਹਿਲੇ ਪੜਾਅ ਦੀ ਚਰਚਾ ਦੇ ਵਿੱਚ ਦਵਿੰਦਰ ਸ਼ਰਮਾ ਜੀ ਔਰ ਇੰਦਰਪ੍ਰੀਤ ਸਿੰਘ ਸ਼ਾਮਲ ਹੋਏ, ਇਸੇ ਤਰੀਕੇ ਨਾਲ ਦੂਜੇ ਪੜਾਅ ਦੀ ਚਰਚਾ 'ਚ ਇਹਨਾਂ ਮੁੱਦਿਆਂ 'ਤੇ ਸ਼ਾਮਲ ਹੋਣ ਲਈ ਮੈਂ ਇਹਨਾਂ ਹੀ ਦੋਨਾਂ ਮਹਿਮਾਨਾਂ ਦਾ ਮੁੜ ਜਿਹੜਾ ਸਵਾਗਤ ਕਰਦਾ ਔਰ ਆਪਣੇ ਦਰਸ਼ਕਾਂ ਨੂੰ ਵੀ ਹਾਂ ਕਈ ਅਹਿਮ ਸਵਾਲ ਜਿਹੜੇ ਅਸੀਂ ਪਹਿਲੇ ਪੜਾਅ ਦੀ ਚਰਚਾ 'ਚ ਨਹੀਂ ਲੈ ਸਕੇ, ਹੁਣ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਕਿ ਦੂਜੇ ਪੜਾਅ ਦੀ ਚਰਚਾ ਤੁਹਾਡੇ ਸਾਹਮਣੇ ਰੱਖ ਸਕੀਏ। ਦਵਿੰਦਰ ਜੀ, ਜਦੋਂ ਆਪਾਂ ਚਰਚਾ ਕਰਦੇ ਹਾਂ ਕਿਸਾਨੀ ਨਾਲ ਜੁੜੇ ਮੁੱਦਿਆਂ 'ਤੇ, ਪੰਜਾਬ ਦੇ ਵਿੱਚ ਖਾਸ ਤੌਰ 'ਤੇ ਇਹਨਾਂ ਦਿਨਾਂ 'ਚ ਜਿਹੜੀ ਇੱਕ ਸਥਿਤੀ ਪੈਦਾ ਹੋਈ ਹੈ ਮਾਲਵੇ ਦੇ ਅੰਦਰ, ਉਹ ਹੈ ਨਰਮਾ ਪੱਟੀ, ਜਿਹਦੇ 'ਚ ਆਪਾਂ ਗੱਲ ਕਰਦੇ ਹਾਂ ਕਿ ਚਿੱਟੀ ਮੱਖੀ ਦੀ ਜੋ ਤਬਾਹੀ, ਜੋ ਤਰਾਸਦੀ ਉੱਥੇ ਹੋਈ ਹੈ, ਜਿਸ ਤਰੀਕੇ ਦੇ ਨਾਲ ਸਾਰਾ ਐਡਾ ਵੱਡਾ ਉੱਥੇ ਵਾਪਰਿਆ ਹੈ ਪਾਣਾ, ਤੁਸੀਂ ਲੱਗਦਾ ਕਿ ਕੌਣ ਇਹਦੇ ਲਈ ਜ਼ਿੰਮੇਵਾਰ ਹੈ? ਬਹੁਤ ਹੀ ਵੱਡਾ ਇੱਕ ਸੰਕਟ ਮਾਲਵਾ ਪੱਟੀ 'ਚ ਖੜਾ ਹੋ ਗਿਆ ਇਸ ਵੇਲੇ। ਇਹ ਤਾਂ ਬੜਾ ਇੰਟਰਸਟਿੰਗ ਸਵਾਲ ਹੈ, ਕਿਉਂਕਿ ਇਹ ਜਿਹੜੀ ਡਿਬੇਟ ਪੰਜਾਬ ਵਿੱਚ ਹੋ ਰਹੀ ਹੈ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕਹਿੰਦੀ ਕਿਸਾਨ ਜ਼ਿੰਮੇਵਾਰ ਹੈਗੇ ਹੈ, ਡਿਪਾਰਟਮੈਂਟ ਐਗਰੀਕਲਚਰ ਕਹਿੰਦਾ ਯੂਨੀਵਰਸਿਟੀ ਜ਼ਿੰਮੇਵਾਰ ਹੈਗੀ ਹੈ, ਯੂਨੀਵਰਸਿਟੀ ਕਹਿੰਦੀ ਹੈ ਡਿਪਾਰਟਮੈਂਟ ਐਗਰੀਕਲਚਰ ਜ਼ਿੰਮੇਵਾਰ ਹੈ, ਫਿਰ ਉਹ ਕੋਈ ਆਪਣਾ ਕਹਿੰਦਾ ਹੈ ਕਿ ਵੀ ਪਾਕਿਸਤਾਨ ਤੋਂ ਆਇਆ ਹੈਗਾ, ਕੋਈ ਕਹਿੰਦਾ ਜੀ ਕਿ ਕਿਸਾਨਾਂ ਨੂੰ ਸਪਰੇਅ ਕਰਨਾ ਨਹੀਂ ਆਇਆ, ਉਹ ਥੱਲੋਂ ਸਪਰੇਅ ਕਰਨਾ ਚਾਹੀਦਾ ਸੀਗਾ, ਉਹਨਾਂ ਨੇ ਉੱਪਰੋਂ ਕੀਤਾ ਹੈਗਾ। ਇਹ ਮਤਲਬ ਅਲੱਗ ਅਲੱਗ ਕਿਸਮ ਦੇ ਬਲੇਮਸ ਆਏ ਹੈਗੇ, ਬਲੇਮ ਗੇਮ ਜਿਹੜੀ ਚੱਲੀ ਹੈਗੀ ਹੈ, ਲੇਕਿਨ ਰੱਸਾਕੱਸੀ ਜਿਹੜੀ ਹੋ ਰਹੀ ਹੈ, ਲੇਕਿਨ ਸੱਚਾਈ ਇਹ ਹੈ ਕਿ ਵੀ ਸਾਨੂੰ ਅਸੀਂ ਇਸ ਲੈਵਲ ਤੱਕ ਕਿਉਂ ਪਹੁੰਚੇ ਹੈਗੇ ਹਾਂ, ਕਾਟਨ ਦੇ ਵੀ ਸਪੈਸ਼ਲੀ ਹੈਗਾ, ਕਿਉਂ ਕ੍ਰਾਈਸਿਸ ਇੰਨਾ ਵੱਧ ਕੇ ਹੋ ਗਿਆ ਸਾਡੇ ਸਾਹਮਣੇ। ਲੇਕਿਨ ਜੋ ਵੀ ਹੈ, ਅੱਜ ਇੰਨਾ ਭਿਅੰਕਰ ਕ੍ਰਾਈਸਿਸ ਹੈ ਪੰਜਾਬ ਦੇ ਵਿੱਚ ਕਿ ਅਸੀਂ ਸਭ ਜਾਣਦੇ ਹਾਂ ਕਿ ਵੀ ਇੰਨਾ ਰਕਬਾ ਤਾਂ ਦੱਸਣਗੇ ਕਿੰਨਾ ਕੁ ਡੈਮੇਜ ਹੋ ਗਿਆ, 60% ਡੈਮੇਜ ਹੋ ਗਿਆ, ਹਾਂਜੀ 60% ਡੈਮੇਜ ਹੋ ਗਿਆ, ਹਰਿਆਣਾ 'ਚ ਬਹੁਤ ਡੈਮੇਜ ਹੋਇਆ ਹੈਗਾ, ਔਰ ਦੋ ਸਟੇਟਸ ਪੰਜਾਬ ਹਰਿਆਣਾ, ਈਵਨ ਪਾਕਿਸਤਾਨ 'ਚ ਵਾਈਟ ਫਲਾਈ ਔਰ ਡਸਕੀ ਜਿਹੜਾ ਬੀਟਲ ਹੈਗਾ ਉਹਦੇ ਕਰਕੇ ਬਹੁਤ ਨੁਕਸਾਨ ਹੋਇਆ ਪਾਕਿਸਤਾਨ 'ਚ ਵੀ, ਪਾਕਿਸਤਾਨ 'ਚ ਵੀ ਹੋਇਆ ਹੈਗਾ। ਤਾਂ ਸੀਜ਼ਨ ਦੀ ਗੱਲ ਵੀ ਹੁੰਦੀ ਕਈ ਵਾਰੀ, ਉਹ ਬਿਲਕੁਲ ਅਨੁਕੂਲ ਬੈਠ ਗਿਆ ਹੈਗਾ, ਲੇਕਿਨ ਸਭ ਤੋਂ ਬੜੀ ਗੱਲ ਇਹ ਹੈ ਕਿ ਵੀ ਇਹ ਜਿਹੜਾ ਪੂਰਾ ਚੱਕਰ ਹੈਗਾ ਇਨਸੈਕਟਸ ਦਾ, ਇਕੁਲੀਬ੍ਰੀਅਮ ਜਿਹੜਾ ਹੈਗਾ ਉਹਨੂੰ ਅਸੀਂ ਬ੍ਰੇਕ ਕੀਤਾ। ਅਸੀਂ ਪੈਸਟੀਸਾਈਡ 50% ਦੇਸ਼ ਦੇ ਪੈਸਟੀਸਾਈਡ ਜਿਹੜੇ ਹੈਗੇ ਸਿਰਫ ਕਾਟਨ 'ਤੇ ਛਿੜਕੇ ਜਾਂਦੇ ਹਾਂ, ਓਕੇ, ਔਰ ਉਹ ਅਗਰ ਪੈਸਟੀਸਾਈਡ ਛਿੜਕਣੇ ਬੰਦ ਕਰ ਦਿਓ ਤਾਂ ਯੂਨੀਵਰਸਿਟੀਆਂ, ਡਿਪਾਰਟਮੈਂਟ, ਸਰਕਾਰਾਂ, ਕੰਪਨੀਆਂ, ਉਹਨਾਂ ਦਾ ਬਿਜ਼ਨਸ ਖਤਮ ਹੋ ਜਾਏਗਾ ਸਭ ਦਾ। ਅਤੇ ਸਾਰੀ ਕੋਸ਼ਿਸ਼ ਰਹਿੰਦੀ ਕਾਟਨ ਦੇ ਜਿੰਨਾ ਮਰਜ਼ੀ ਸਪਰੇਅ ਕਰਦੇ ਜੀ। ਇਹ ਤੁਸੀਂ ਬਹੁਤ ਵੱਡਾ ਇਸ਼ੂ ਜਿਹੜਾ ਹੈਗਾ ਖੜਾ ਕੀਤਾ, ਸੋ ਲੱਗਦਾ ਕਿ ਬਹੁਤ ਵੱਡਾ ਕਾਰੋਬਾਰ ਇਕੱਲਾ ਕਾਟਨ ਦੇ ਉੱਤੇ ਚੱਲ ਰਿਹਾ, ਸਿਰਫ ਕਾਟਨ 'ਤੇ ਚੱਲ ਰਿਹਾ। ਤੁਸੀਂ ਅਗਰ ਅੱਜ ਪੈਸਟੀਸਾਈਡ ਬੰਦ ਕਰ ਦਿਓ ਕਿ ਅਸੀਂ ਕਾਟਨ 'ਤੇ ਨਹੀਂ ਛਿੜਕਾਂਗੇ, ਬੈਨ ਕਰ ਦਿਆਂਗੇ ਅਗਰ ਸਰਕਾਰ, ਤਾਂ ਇੰਡਸਟਰੀ ਜਿਹੜੀ ਹੈ ਹਾਹਾਕਾਰ ਮੱਚ ਜਾਏਗਾ, ਕਿਉਂਕਿ ਇੰਡਸਟਰੀ ਕਲੈਪਸ ਕਰ ਜਾਏਗੀ, ਕਲੈਪਸ ਹੀ ਹੋ ਗਈ, ਹੋਇਆ ਹੈ ਕਿ ਜਿੱਦਾਂ ਇੱਕ ਬੜੀ ਸਿੰਪਲ ਐਗਜ਼ਾਮਪਲ ਦਿੰਦੇ ਆ ਲੋਕ, ਕਹਿੰਦੇ ਵੀ ਜੇ ਆਂਡਾ ਖਾਣਾ ਤਾਂ ਮੁਰਗੀ ਨੂੰ ਨਾ ਮਾਰੋ, ਇਹਨਾਂ ਨੇ ਤਾਂ ਮੁਰਗੀ ਦਾ ਹੀ ਗਲਾ ਘੁੱਟਤਾ, ਇੱਦਾਂ ਦੀ ਸਥਿਤੀ ਪੈਦਾ ਕਰ। ਇੱਕ ਚੀਜ਼ ਹੋਰ, ਦੂਜੀ ਬਿਲਕੁਲ ਠੀਕ ਹੈ, ਦੂਜੀ ਇੱਕ ਹੋਰ ਗੱਲ ਹੈ ਕਿ ਦੇਖੋ ਅਸੀਂ ਨਵੀਂ ਟੈਕਨੋਲੋਜੀ ਲੈ ਕੇ ਆਏ ਬੀਟੀ ਕਾਟਨ, ਅਸੀਂ ਕਿਹਾ ਕਿ ਬੀਟੀ ਕਾਟਨ ਆਏਗਾ ਤਾਂ ਪੈਸਟੀਸਾਈਡ ਦਾ ਘੱਟ ਉਪਯੋਗ ਹੋਏਗਾ, ਲੇਕਿਨ ਹੁਣ ਸੈਂਟਰ ਜਿਹੜਾ ਇੰਸਟੀਚਿਊਟ ਹੈਗਾ ਕਾਟਨ ਦਾ, ਉਹਦੀ ਆਪਣੀ ਸਟੱਡੀਜ਼ ਕਹਿੰਦੀਆਂ ਕਿ ਬੀਟੀ ਕਾਟਨ ਹੁਣ ਤਕਰੀਬਨ 95-98% ਦੇ ਵਿੱਚ ਏਰੀਆ ਬੀਟੀ ਕਾਟਨ ਦੇ ਵਿੱਚ ਹੈਗਾ, ਜੈਨੇਟਿਕਲੀ ਮੋਡੀਫਾਈਡ ਜਿਹੜੀ ਹੈਗੀ ਹੈ, ਉਹਦੇ ਵਿੱਚ ਪੈਸਟੀਸਾਈਡ ਦਾ ਉਪਯੋਗ ਜ਼ਿਆਦਾ ਹੋ ਰਿਹਾ, ਜਿਹੜਾ ਪਹਿਲੇ ਸੀਗਾ ਉਹ ਤੋਂ ਵੀ ਜ਼ਿਆਦਾ ਹੋ ਰਿਹਾ। ਤਾਂ ਜੇ ਤੁਸੀਂ ਇੱਕ ਉਹ ਲੈ ਕੇ ਵੀ ਆਏ ਔਰ ਨਾਲ ਤੁਸੀਂ ਪੈਸਟੀਸਾਈਡ ਉਪਯੋਗ ਹੋਰ ਬੜਾਤਾ ਹੈ, ਤਾਂ ਮੈਨੂੰ ਲੱਗਦਾ ਕਿ ਅਸੀਂ ਉਹਨੂੰ ਕਿਸਾਨ ਨੂੰ ਚੱਕਰ 'ਚ ਪਾਈ ਜਾਂਦੇ ਜੀ ਜੀ ਅਸੀਂ ਤਬਾਹੀ ਜਿਹਨੂੰ ਅਸੀਂ ਜੀ। ਮੈਂ ਤੁਹਾਡੇ ਕੋਲ ਸਵਾਲ ਕਰਨ ਤੋਂ ਪਹਿਲਾਂ ਮੈਂ ਇਹ ਵੀ ਆਪਣੇ ਦਰਸ਼ਕਾਂ ਲਈ ਜਾਣਨਾ ਚਾਹੁੰਦਾ ਕਿ ਇੰਦਰਪ੍ਰੀਤ ਜੀ ਜਿਹੜੇ ਖਾਸ ਤੌਰ 'ਤੇ ਉਸ ਰੀਜਨ ਨੂੰ ਬਿਲੋਂਗ ਕਰਦੇ ਆ, ਉਸ ਮਾਲਵਾ ਪੱਟੀ ਨੂੰ, ਉੱਥੇ ਇਹਨਾਂ ਨੇ ਜਰਨਲਿਜ਼ਮ ਦੇ ਤੌਰ 'ਤੇ ਵੀ ਕੰਮ ਕੀਤਾ ਔਰ ਜ਼ਿਆਦਾ ਬਰੀਕੀ ਦੇ ਨਾਲ ਇਹਨਾਂ ਮੁੱਦਿਆਂ 'ਤੇ ਸਾਡੇ ਨਾਲ ਗੱਲ ਕਰ ਸਕਦੇ ਆ। ਇਹਦੇ ਵਿੱਚ ਜੋ ਹਾਲਤ ਹੈ ਇਸ ਵੇਲੇ ਜਿਹੜੀ ਹੈਗੀ ਹੈ ਮਾਲਵਾ ਪੱਟੀ ਦੇ ਵਿੱਚ ਬਣੀ ਆ, ਜਿੱਦਾਂ ਤਬਾਹੀ ਜਿੱਦਾਂ ਦਵਿੰਦਰ ਜੀ ਨੇ ਇਹ ਗੱਲ ਕਹੀ ਹੈ, ਤੁਸੀਂ ਕਿਵੇਂ ਦੇਖਦੇ ਹੋ ਸਾਰੇ ਮਾਮਲੇ ਨੂੰ? ਦੇਖੋ ਸਰ, ਜਿਹੜਾ ਹੁਣ ਆਪਾਂ ਕਿਸੇ ਦਵਾਈ ਨੂੰ ਉਹ ਕਹਿਣਾ, ਜਿਵੇਂ ਇੱਥੇ ਤਾਂ ਬਲੇਮ ਗੇਮ ਸਰ ਨੇ ਕਿਹਾ ਕਿ ਬਿਲਕੁਲ ਉਹੀ ਚੱਲ ਰਹੀ ਹੈ ਜੀ, ਕਿ ਉਹਦੇ ਲਈ ਉਹ ਜ਼ਿੰਮੇਵਾਰ, ਉਹਦੇ ਲਈ ਉਹ ਜ਼ਿੰਮੇਵਾਰ, ਪਰ ਅਸਲੀ ਪਰ ਨੁਕਸਾਨ ਤਾਂ ਹਰਿਆਣਾ 'ਚ ਵੀ ਹੋਇਆ ਜੀ ਜੀ, ਪਰ ਉੱਥੇ ਤਾਂ ਮੰਗਲ ਸਿੰਘ ਨਹੀਂ ਬੈਠੇ ਡਾਇਰੈਕਟਰ, ਰਾਜਸਥਾਨ 'ਚ ਵੀ ਹੋਇਆ, ਪਾਕਿਸਤਾਨ 'ਚ ਵੀ ਹੋਇਆ, ਸਭ ਕਿਤੇ ਹੀ ਹੋਇਆ। ਨਹੀਂ ਪਰ ਤੁਸੀਂ ਜਾਣਦੇ ਹੋ ਕਿ ਇਹਦਾ ਮਤਲਬ ਮੰਗਲ ਸਿੰਘ ਦਾ ਕੋਈ ਕਸੂਰ ਨਹੀਂ ਹੋਏਗਾ? ਨਹੀਂ ਨਹੀਂ ਹੋਏਗਾ, ਮੈਂ ਨਹੀਂ ਕਹਿ ਰਿਹਾ ਕਿ ਹੋਏਗਾ ਨਹੀਂ, ਪਰ ਇੱਥੇ ਉਹ ਜ਼ਿਆਦਾ ਉਭਰ ਹੁਣ, ਕਿਉਂਕਿ ਇੱਥੇ ਅਗਲੇ ਸਾਲ ਇਲੈਕਸ਼ਨ ਹੈ, ਇਸ ਕਰਕੇ ਟਾਰਗੇਟ ਮਤਲਬ ਇਲੈਕਸ਼ਨ ਉਭਰ ਕੇ ਆ ਗਿਆ ਦੇਖਿਆ, ਉਹਦੇ ਉੱਤੇ ਜ਼ਿਆਦਾ ਹੋ ਰਿਹਾ। ਅਸਲੀ ਕਾਰਨ ਤਾਂ ਫਿਰ ਵੀ ਨਹੀਂ ਹਜੇ ਤੱਕ ਆਏ ਨਾ, ਵੀ ਅਸਲੀ ਕਾਰਨ ਕੀ ਹੈਗਾ ਇਹਦੇ, ਵੀ ਇੰਨਾ ਬਰਬਾਦ ਕਿਉਂ ਗਿਆ, ਜਾਂ ਕੀ ਹੈ ਐਗਰੀਕਲਚਰ ਡਿਪਾਰਟਮੈਂਟ ਸਹੀ ਟਾਈਮ ਤੱਕ ਉੱਥੇ ਪਹੁੰਚਾ ਨਹੀਂ ਪਾਇਆ ਜੀ, ਜਾਂ ਦਵਾਈ ਬਾਕੀ ਇੰਨੀ ਉਹ ਗੰਦੀ ਆ ਗਈ। ਕੱਲ੍ਹ ਤਾਂ ਮੈਨੂੰ ਮੈਂ ਅਖਬਾਰ ਪੜ੍ਹ ਕੇ ਇੱਕ ਰਿਪੋਰਟ ਹੋਰ ਬੜਾ ਹੈਰਾਨ ਹੋਇਆ ਕਿ ਉਹ ਪੁਲਿਸ ਤੋਂ ਬਚਣ ਲਈ ਉਹਨਾਂ ਨੇ ਸਾਰਾ ਜੋ ਨਕਲੀ ਪੈਸਟੀਸਾਈਡ ਸੀ ਉਹ ਚੱਕ ਕੇ ਨਹਿਰਾਂ 'ਚ ਸਿੱਟਣਾ, ਇਹ ਤਾਂ ਹੋਰ ਬਹੁਤ ਡੇਂਜਰਸ ਹੈ, ਇਹ ਤਾਂ ਬੰਦਿਆਂ ਨੂੰ ਬਿਲਕੁਲ ਹੀ ਮਾਰ ਹੀ ਦੇਣਗੇ ਜਿਹੜੇ ਨਹੀਂ ਵੀ ਖੇਤੀ ਕਰਦੇ। ਖੇਤੀ ਤੋਂ ਇਲਾਵਾ ਰਾਜਸਥਾਨ 'ਚ ਪੀਣ ਲਈ ਪਾਣੀ, ਉਹ ਤਾਂ ਟੋਟਲ ਜਿਹੜੀਆਂ ਦੋਨੋਂ ਨਹਿਰਾਂ ਹੈਗੀਆਂ ਨੇ
ਸਰਕਲ ਤੋੜਦਾ ਅਸੀਂ ਕਿਸੇ ਨੂੰ ਵੀ ਕੀੜੇ ਨੂੰ ਆ ਕੇ ਇੱਥੇ ਬੈਠਣ ਨਹੀਂ ਦਿੰਦੇ ਨੇਚਰ 'ਚ ਇੱਕ ਹੈਗਾ ਕਿ ਤੁਸੀਂ ਇੱਕ ਕੀੜਾ ਅਗਰ ਕੋਈ ਆਇਆ ਤਾਂ ਕੁਦਰਤ ਉਹਨੂੰ ਖਾਣ ਵਾਲਾ ਵੀ ਭੇਜੇਗੀ ਅਸੀਂ ਉਹਨੇ ਉਹਦੀ ਕੋਸ਼ਿਸ਼ ਹੋ ਜਾ ਕਿ ਉਹਨੂੰ ਦਾੜ ਦਾੜ ਕਰਕੇ ਮਾਰ ਮਾਰ ਜਿਹੜੇ ਮਿੱਤਰ ਕੀੜੇ ਸੀ ਉਹ ਵੀ ਇਸ ਦੌੜ ਦੇ ਵਿੱਚ ਖਤਮ ਸਰ ਅਸੀਂ ਛੱਡੇ ਹੀ ਨਹੀਂ ਈਵਨ ਅਸੀਂ ਉਹ ਨਹੀਂ ਛੱਡੇ ਜਿਹੜੇ ਉਹਨਾਂ ਕੀੜਿਆਂ ਨੂੰ ਉਹਨਾਂ ਨੇ ਖਾਣਾ ਉਹ ਵੀ ਨਹੀਂ ਛੋੜਦੇ ਮਤਲਬ ਇਹ ਬਹੁਤ ਸਾਰੇ ਮੈਂ ਕਿਸਾਨਾਂ ਨੂੰ ਮਿਲਿਆ ਹੈਗਾ ਜਿਹੜੇ ਇਸ ਤਰ੍ਹਾਂ ਦੀ ਖੇਤੀ ਕਰਦੇ ਹੈ ਉਹਨਾਂ ਦੇ ਖੇਤ ਅੱਛੇ ਖੜੇ ਹੈ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਅਗਰ ਮਤਲਬ ਇਹ ਸਾਰੀ ਪ੍ਰੋਬਲਮ ਦੀ ਤਾਂ ਉਹਨਾਂ ਨੂੰ ਵੀ ਤਾਂ ਉਨੀ ਹੋਣੀ ਚਾਹੀਦੀ ਸੀਗੀ ਪਰ ਉਹਨਾਂ ਨੇ ਥੋੜ੍ਹੀ ਵੇਟ ਵੀ ਕੀਤੀ ਅਸੀਂ ਤਾਂ ਵੇਟ ਹੀ ਨਹੀਂ ਕਰਦੇ ਓਕੇ ਇਹ ਵੀ ਇੱਕ ਇਸ਼ੂ ਦੂਜੀ ਇਹ ਵੀ ਗੱਲ ਹੈ ਕਿ ਜਿਸ ਤਰ੍ਹਾਂ ਮਾਲਵਾ ਪੱਟੀ ਦੇ ਵਿੱਚ ਵਾਪਰਿਆ ਬਹੁਤ ਵੱਡੀ ਜਿਹੜੀ ਤਬਾਹੀ ਹੋਈ ਹੈ ਕਿਉਂਕਿ ਉਸ ਪੱਟੀ ਦੀ ਤਾਂ ਇਕੋਨਮੀ ਸਾਰੀ ਕਾਟਨ ਦੇ ਨਾਲ ਜੁੜੀ ਹੋਈ ਹੈ ਤੁਹਾਨੂੰ ਲੱਗਦਾ ਕਿ ਇਹਦਾ ਲੰਬੇ ਸਮੇਂ ਲਈ ਇੰਪੈਕਟ ਪਏਗਾ ਇਹਦਾ ਤਾਂ ਬਸ ਬਿਲਕੁਲ ਸਰ ਇਹਦਾ ਤਾਂ ਇੰਪੈਕਟ ਜਲਦੀ ਜਲਦੀ ਠੀਕ ਹੀ ਨਹੀਂ ਹੋਣਾ ਕਿਉਂਕਿ ਕਿਸਾਨ ਬਿਲਕੁਲ ਬਰਬਾਦ ਹੋ ਗਿਆ ਪਹਿਲਾਂ ਪਿਛਲੇ ਸਾਲ ਵੀਟ ਵੀ ਥੋੜ੍ਹੀ 15-15% ਘੱਟ ਗਈ ਹੈ ਜੀ ਔਰ ਮਾਲਵਾ ਹੀ ਜਿਹੜਾ ਇੱਕ ਏਰੀਆ ਸੀ ਸਿੱਧੂ ਸਾਹਿਬ ਤੁਹਾਨੂੰ ਤਾਂ ਪਤਾ ਹੋਊਗਾ ਤੁਹਾਡਾ ਉੱਧਰ ਪਿੰਡ ਨੇ ਸਭ ਤੋਂ ਜ਼ਿਆਦਾ ਜ਼ਮੀਨਾਂ ਦੇ ਠੇਕਿਆਂ ਦੇ ਰੇਟ ਵੀ ਉਸੇ ਏਰੀਏ ਦੇ ਵਿੱਚ ਹੈ 40-50 ਹਜ਼ਾਰ ਤੱਕ ਚਲੇ ਗਏ ਜਿਹੜੇ ਕਿ ਹੁਣ ਤਾਂ ਕੋਈ 28,000-25,000 ਵੀ ਨੂੰ ਲੈਣ ਲਈ ਤਿਆਰ ਨਹੀਂ ਹੈ ਬਹੁਤ ਸਾਰੇ ਬੰਦੇ ਤਾਂ ਹਜੇ ਵੀ ਹੱਥ ਜੋੜ ਰਹੇ ਕਿ ਚੱਲ ਤੁਸੀਂ ਜੋ ਭਾਅ ਦੇਣਾ ਉਹ ਹੀ ਲਓ ਪਰ ਕਿਉਂਕਿ ਪਹਿਲਾਂ ਉਹ 40-40 ਹਜ਼ਾਰ ਅਤੇ 45-45 ਹਜ਼ਾਰ ਅਤੇ ਠੇਕੇ ਲੈ ਚੁੱਕੇ ਨੇ ਜੀ ਇਸ ਕਰਕੇ ਉਹਨਾਂ ਦੀ ਇਕੋਨਮੀ ਤਾਂ ਬਿਲਕੁਲ ਖਰਾਬ ਹੋ ਗਈ ਬਿਲਕੁਲ ਜਿੱਦਾਂ ਦਵਿੰਦਰ ਜੀ ਨੇ ਪਹਿਲੇ ਸੈਗਮੈਂਟ ਦੇ ਵਿੱਚ ਇਹ ਗੱਲ ਕਹੀ ਹੈ ਕਿ ਜੇ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ ਆਮਦਨ ਦੀ ਜਾਂ ਤਨਖਾਹ ਦੀ ਤਾਂ ਉਹ ਜੇ ਠੇਕੇ ਤਾਂ ਸਾਰੇ ਵਿੱਚ ਗਿਣ ਲਈਏ ਤਾਂ ਕਿਤੇ ਵੀ ਨੇੜੇ ਤੇੜੇ ਦਵਿੰਦਰ ਜੀ ਜਦੋਂ ਇਸ ਸਿਚੁਏਸ਼ਨ ਦੇ ਆਪਾਂ ਸਕੈਂਡਲ ਦੀ ਗੱਲ ਕਰਦੇ ਹਾਂ ਕੀਟਨਾਸ਼ਕ ਦਵਾਈਆਂ ਦੀ ਐਡਾ ਵੱਡਾ ਸਕੈਂਡਲ ਕਿਹਾ ਜਾ ਰਿਹਾ ਕਿ 33 ਕਰੋੜ ਰੁਪਏ ਤੋਂ ਵੱਧ ਦਾ ਸਕੈਂਡਲ ਹੈ ਜਦੋਂ ਐਡਾ ਵੱਡਾ ਸਕੈਂਡਲ ਵਾਪਰਿਆ ਦਵਿੰਦਰ ਜੀ ਤੁਸੀਂ ਬਹੁਤ ਦੁਨੀਆ ਦੇਖੀ ਹੈ ਐਗਰੀਕਲਚਰ ਖੇਤਰ ਦੇ ਅੰਦਰ ਕੀ ਲੱਗਦਾ ਕਿ ਜਿੱਦਾਂ ਇਹ ਇਸ਼ੂ ਉੱਭਰ ਕੇ ਆ ਰਿਹਾ ਹੈ ਕੇਵਲ ਖੇਤੀ ਅਧਿਕਾਰੀ ਹੀ ਇਸ ਸਕੈਂਡਲ ਲਈ ਜ਼ਿੰਮੇਵਾਰ ਹੈ ਦੇਖੋ ਤੁਹਾਨੂੰ ਯਾਦ ਹੋਏਗਾ ਜਗਤਾਰ ਜੀ ਤੁਸੀਂ ਵੀ ਰਿਪੋਰਟਰ ਸੀਗੇ ਮੈਂ ਵੀ ਰਿਪੋਰਟਰ ਹੁੰਦਾ ਸੀਗਾ ਜੀ ਔਰ ਉਸ ਸਮੇਂ ਮੈਨੂੰ ਯਾਦ ਹੈ ਸੀ ਇੰਨੇ ਸਕੈਂਡਲ ਐਕਸਪੋਜ਼ ਕੀਤੇ ਸੀਗੇ ਪੈਸਟਸਾਈਡ ਦੇ ਮੈਨੂੰ ਹਾਲ ਤੱਕ ਇੱਕ ਮੈਂ ਫਰੰਟ ਪੇਜ ਦੀ ਰਿਪੋਰਟ ਤੁਹਾਨੂੰ ਯਾਦ ਕਰਾਵਾਂ ਜਿਹੜੀ ਮੈਂ ਲਿਖੀ ਸੀ ਇੱਕ ਵਾਰੀ ਕਿ ਨੀਲੀ ਸਿਆਹੀ ਨੂੰ ਰੋਗਰ ਇੱਕ ਕੈਮੀਕਲ ਹੁੰਦਾ ਹੈ ਉਹ ਬਣਾ ਕੇ ਲੋਕ ਵੇਚ ਰਹੇ ਸੀਗੇ ਥੋੜ੍ਹੀ ਜਿਹੀ ਉਸ ਦਵਾਈ ਛਿੜਕ ਦਿਓ ਉਹਦੇ ਉੱਪਰ ਕਿਉਂਕਿ ਉਸ ਓਬਨੋਕਸ਼ੀਅਸ ਹੁੰਦੀ ਹੈ ਸਮੈਲ ਬੜੀ ਜ਼ਬਰਦਸਤ ਹੁੰਦੀ ਹੈ ਔਰ ਉਹ ਲੋਕ ਜੇ ਜਿਹੜਾ ਕਿਸਾਨ ਉਹ ਬੋਤਲ ਲੈ ਕੇ ਜਾਏਗਾ ਔਰ ਛਿੜਕੇਗਾ ਆਪਣੀ ਤਰਫੋਂ ਰੋਗਰ ਔਰ ਹੈ ਸਿਆਹੀ ਤਾਂ ਉਹਦਾ ਕਿਸਾਨ ਦਾ ਕੀ ਹੋਏਗਾ ਅੱਛਾ ਇਹ ਸਿਰਫ ਇੱਥੇ ਤੱਕ ਗੱਲ ਨਹੀਂ ਸੀਗੀ ਤੁਹਾਨੂੰ ਯਾਦ ਹੋ ਹਰਿਆਣਾ ਦਾ ਇੱਕ ਸਕੈਂਡਲ ਮੈਂ ਐਕਸਪੋਜ਼ ਕੀਤਾ ਸੀਗਾ ਕਿ ਉਹਨਾਂ ਨੇ ਨੰਬਰ 1 ਅਵਾਰਡ ਮਿਲਿਆ ਸੀ ਉਹਨਾਂ ਨੂੰ ਪਹਿਲਾ ਅਵਾਰਡ ਮਿਲਿਆ ਸੀਗਾ ਮਲੇਰੀਆ ਇਰੇਡੀਕੇਸ਼ਨ 'ਤੇ ਔਰ ਜੋ ਉਹਨਾਂ ਨੇ ਛਿੜਕਿਆ ਸੀਗਾ ਉਹ ਚੌਕ ਸੀਗਾ ਡੀਡੀਟੀ ਸੀਗੀ ਤਾਂ ਕਹਿਣ ਦਾ ਮਤਲਬ ਹੈ ਕਿ ਇਹ ਬੜੇ ਸਾਲਾਂ ਤੋਂ ਚੱਲ ਰਿਹਾ ਹੈ ਲੇਕਿਨ ਵਿੱਚ ਕਿਤੇ ਪੱਤਰਕਾਰਤਾ ਨੇ ਇਨਵੈਸਟੀਗੇਸ਼ਨ ਬੰਦ ਕਰਤੀ ਤਾਂ ਇਸ ਕਰਕੇ ਸਾਨੂੰ ਪਤਾ ਨਹੀਂ ਚੱਲਿਆ ਇਸ ਸਾਲ ਕਿਉਂਕਿ ਪੋਲੀਟੀਕਲ ਪਾਰਟੀਜ਼ ਨੇ ਉਠਾਇਆ ਹੈਗਾ ਇਸ਼ੂ ਬੜਾ ਅੱਛਾ ਲੱਗਦਾ ਕਿ ਅਸੀਂ ਵੀ ਪੱਤਰਕਾਰ ਸਾਡਾ ਮੀਡੀਆ ਵੀ ਜ਼ਿੰਮੇਵਾਰ ਹੈ ਬਿਲਕੁਲ ਜ਼ਿੰਮੇਵਾਰ ਹੈਗੇ ਆ ਅਸੀਂ ਕਦੀ ਇਸ ਤਰ੍ਹਾਂ ਸੋਚਿਆ ਹੀ ਨਹੀਂ ਕਿ ਇਹ ਵੀ ਬੜਾ ਇੱਕ ਔਰ ਸਭ ਫਰੰਟ ਪੇਜ ਸਟੋਰੀ ਹੈਗੀਆਂ ਸਾਰੀਆਂ ਜਿੰਨੀ ਤੁਸੀਂ ਸਪੈਂਡ ਜਿੰਦਰ ਜੀ ਮੈਂ ਤੁਹਾਨੂੰ ਵਿੱਚੋਂ ਟੋਕ ਕੇ ਕਹਿਣਾ ਚਾਹੁੰਦੀ ਮੀਡੀਆ ਦੀ ਆਪਾਂ ਜ਼ਿੰਮੇਵਾਰੀ ਦੀ ਗੱਲ ਕਰਦੇ ਹਾਂ ਵੀ ਇਹ ਵੀ ਹੈ ਕਿ ਜਦੋਂ ਕਿਸਾਨ ਦੇ ਸੁਈਸਾਈਡ ਦੀ ਖਬਰ ਛਪਦੀ ਹੈ ਤਾਂ 5 ਜਾਂ 7 ਲਾਈਨਾਂ ਤੋਂ ਬਾਅਦ ਖਬਰ ਨਹੀਂ ਛਪਦੀ ਜੇ ਪੋਲੀਟੀਕਲ ਬਿਆਨ ਛਪਦਾ ਤਾਂ ਉਹ ਸ਼ਾਇਦ 5 ਕਾਲਮੀ ਛਪ ਸਕਦਾ ਹੈ 6 ਕਾਲਮੀ ਵੀ ਛਪ ਸਕਦਾ ਇੰਨੀ ਕੁ ਅਸੀਂ ਇਸ ਨੂੰ ਸੰਜੀਦਗੀ ਦੇ ਨਾਲ ਦੇਖਦੇ ਹਾਂ ਇੰਦਵੀਰ ਇਸ ਮੁੱਦੇ 'ਤੇ ਜਿਹੜਾ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਮੈਂ ਇਹ ਵੀ ਜਾਣਨਾ ਚਾਹੁੰਦਾ ਕਿ ਜੋ ਕੁਝ ਵਾਪਰਿਆ ਜਿੱਦਾਂ ਦਵਿੰਦਰ ਜੀ ਨਾਲ ਗੱਲ ਹੋਈ ਹੈ ਕਿ ਤੁਸੀਂ ਪੰਜਾਬ ਨੂੰ ਸਾਰਾ ਬੜਾ ਨੇੜੇ ਤੋਂ ਕਵਰ ਕਰਦੇ ਹੋ ਇਕੱਲੇ ਖੇਤੀ ਅਧਿਕਾਰੀ ਹੀ ਜ਼ਿੰਮੇਵਾਰ ਹੈ ਕਿ 33 ਕਰੋੜ ਤੋਂ ਵੱਡਾ ਸਕੈਂਡਲ ਹੋ ਗਿਆ ਸਿਰਫ ਖੇਤੀ ਅਧਿਕਾਰੀਆਂ ਕਾਰਨ ਨਹੀਂ ਖੇਤੀ ਅਧਿਕਾਰੀ ਤਾਂ ਦੇਖੋ ਮੇਨ ਤਾਂ ਉਹਨਾਂ ਦੀ ਹੈਗੀ ਹੈ ਰਿਸਪੋਂਸੀਬਿਲਟੀ ਤਾਂ ਮੇਨ ਉਹਨਾਂ ਦੀ ਹੋਈ ਹੈ ਨਾ ਜੀ ਦੂਸਰੇ ਬੰਦੇ ਨੂੰ ਤਾਂ ਜਿਵੇਂ ਸਰ ਕਹਿ ਰਹੇ ਕਿ ਐਕਸਪੋਜ਼ ਮੀਡੀਆ ਨੇ ਨਹੀਂ ਕੀਤਾ ਮੀਡੀਆ ਤਾਂ ਐਕਸਪੋਜ਼ ਠੀਕ ਹੈ ਬਿਲਕੁਲ ਵੀ ਅਸੀਂ ਨਹੀਂ ਹੁਣ ਖੇਤੀ ਦੇ ਕੋਰਸਪੋਂਡੈਂਟ ਹੀ ਨਹੀਂ ਹੈ ਅਖਬਾਰਾਂ 'ਚ ਵੀ ਇੰਟਰਸਟ ਬਹੁਤ ਘੱਟ ਹੈ ਕਿ ਖੇਤੀ ਬਾਰੇ ਕੋਈ ਤੁਸੀਂ ਬਹੁਤਾ ਕੁਝ ਲਿਖੋ ਉਹ ਕਹਿਣਗੇ ਐਗਰੀਕਲਚਰ ਨੂੰ ਕੋਈ ਨਹੀਂ ਇੱਕ ਉੱਪਰ ਸਿਸਟਮ ਹੈ ਸਰਕਾਰਾਂ ਹੈ ਸਾਰਾ ਕੁਝ ਹੈ ਬੈਠਾ ਜਿਹੜਾ ਹੈਗਾ ਸਰ ਉਹ ਸਾਰਾ ਇਹਨਾਂ ਦਿਨਾਂ 'ਚ ਉਹ ਬਿਲਕੁਲ ਉਹੀ ਹੈ ਨਾ ਜੀ ਪੈਸੇ ਲਈ ਹੀ ਚੱਲ ਰਿਹਾ ਜੋ ਚੌਕ ਦੀ ਗੱਲ ਕਰ ਰਹੇ ਜਾਂ ਸਿਆਹੀ ਦੀ ਗੱਲ ਕਰ ਰਹੇ ਹੁਣ ਵੀ ਇਹੀ ਹੈ ਮੇਰਾ ਪਾਣੀ ਹੀ ਮਤਲਬ ਚੱਲੀ ਜਾ ਰਿਹਾ ਹੈ ਇਸ ਤੋਂ ਪਹਿਲਾਂ ਵੀ ਜਦੋਂ ਤੁਹਾਨੂੰ ਯਾਦ ਆਊਗਾ 92 ਤੋਂ ਲੈ ਕੇ 99 ਤੱਕ ਕਾਟਨ ਫੇਲ ਹੋਈ ਸੀ ਉਹਦਾ ਵੀ ਮੇਨ ਕਾਰਨ ਜਿਹੜੀਆਂ ਪੈਸਟੀਸਾਈਡ ਦੀਆਂ ਗਲਤ ਦਵਾਈਆਂ ਸੀਗੀਆਂ ਘਟੀਆਂ ਦਵਾਈਆਂ ਸੀ ਉਹਨਾਂ ਕਰਕੇ ਹੋਇਆ ਉਸ ਤੋਂ ਬਾਅਦ ਫਿਰ ਥੋੜ੍ਹਾ ਠੀਕ ਹੋ ਗਈ ਸੀ ਜਦੋਂ ਤੱਕ ਜੀ ਜੀ ਆ ਗਿਆ ਜੇ ਦਵਾਈਆਂ ਠੀਕ ਹੋਣ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਐਡਾ ਵੱਡਾ ਕੋਈ ਠੱਲ ਪਾਈ ਜਾ ਸਕਦੀ ਠੱਲ ਪਾਈ ਜਾ ਸਕਦੀ ਜੀ ਜੀ ਦਵਿੰਦਰ ਜੀ ਇੱਕ ਛੋਟੀ ਜੀ ਅਸੀਂ ਆਪਣੇ ਮੈਂਬਰਾਂ ਨੂੰ ਇਹ ਵੀ ਜਾਣਨੀ ਚਾਹਾਂਗੇ ਉਹ ਇਹ ਹੈ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਐਡਾ ਵੱਡਾ ਇੱਕ ਸਕੈਂਡਲ ਵਾਪਰ ਗਿਆ 33 ਕਰੋੜ ਦੀ ਜਿਹਦੀ ਆਪਾਂ ਗੱਲ ਕਰਦੇ ਹਾਂ ਇਹ ਜਦੋਂ ਸਾਰਾ ਕੁਝ ਪੰਜਾਬ 'ਚ ਵੰਡਿਆ ਗਿਆ ਦਵਾਈਆਂ ਕੀਟਨਾਸ਼ਕ ਦਵਾਈਆਂ ਗੋਦਾਮਾਂ 'ਚ ਪਹੁੰਚ ਗਈਆਂ ਕਿਸਾਨਾਂ ਕੋਲ ਪਹੁੰਚ ਗਈਆਂ ਡੀਲਰਾਂ ਕੋਲ ਪਹੁੰਚ ਗਈਆਂ ਉਦੋਂ ਸਰਕਾਰਾਂ ਜਾਂ ਖੇਤੀ ਅਧਿਕਾਰੀ ਕਿੱਥੇ ਗਏ ਸੀ ਅੱਜ ਕਿਉਂ ਅਸੀਂ ਤੜਫ ਰਹੇ ਹਾਂ ਪਰ ਜੋ ਜੋ ਸਾਨੂੰ ਸਮਝ ਆਉਂਦਾ
ਤੁਸੀਂ ਸਭ ਤੋਂ ਬੜਾ ਜਿਹੜਾ ਕਿਉਂ ਨਹੀਂ ਰੋਕਿਆ ਇੱਕ ਇੱਕ ਇੰਦਰ ਜਾਇਜ਼ ਜਾਣਦੇ ਹੋਣਗੇ ਜੀ ਹਰ ਜਗ੍ਹਾ ਇਹ ਕਹਿਣਾ ਹੁੰਦਾ ਹੈ ਕਿ ਸਭ ਤੋਂ ਜ਼ਿਆਦਾ ਅਗਰ ਭ੍ਰਸ਼ਟ ਡਿਪਾਰਟਮੈਂਟ ਹੈਗੇ ਆ ਐਗਰੀਕਲਚਰ ਵਿੱਚ ਤਾਂ ਉਹ ਪਲਾਂਟ ਪ੍ਰੋਡਕਸ਼ਨ ਆਫਿਸ ਹੁੰਦਾ ਓਕੇ ਮੈਂ ਤਾਂ ਪੰਜਾਬ ਹਰਿਆਣਾ 'ਚ ਇਹ ਵੀ ਦੇਖਿਆ ਕਿ ਉਹ ਸ਼ਾਮ ਨੂੰ ਤੁਸੀਂ ਅਗਰ ਜਾਓ ਕਦੇ ਅਚਾਨਕ ਕਦੇ ਛਾਪਾ ਮਾਰਨ ਵਾਲੀ ਗੱਲ ਨਹੀਂ ਕਰ ਰਿਹਾ ਤੁਸੀਂ ਕਦੇ ਜਾਓ ਅਚਾਨਕ ਤੁਹਾਨੂੰ ਹੈਰਾਨਗੀ ਹੋਏਗੀ ਸ਼ਾਮ ਨੂੰ ਪੈਸੇ ਵੀ ਗਿਣਦੇ ਉੱਥੇ ਬੈਠੇ ਹੋ ਇਹ ਇੰਨਾ ਬੁਰਾ ਹਾਲ ਹੈਗਾ ਅਤੇ ਉਹ ਜਿਹੜਾ ਡਿਪਾਰਟਮੈਂਟ ਹੈ ਉਹ ਸਮਝ ਸਕਦੇ ਹੋ ਕਿ ਜਿਹੜਾ ਸ਼ਾਮ ਨੂੰ ਪੈਸੇ ਗਿਣਦਾ ਹੈ ਉਹ ਦਿਨ ਵਿੱਚ ਕੀ ਕਰਦਾ ਹੋਏਗਾ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਚਰਚਾ ਕਰ ਰਹੇ ਜਿਹੜੀ ਕਿਸਾਨ ਦੀ ਇਤਰਾਜ਼ ਦੀ ਹੈਗੀ ਹੈ ਕਿ ਉਹਦੇ ਲਈ ਅਧਿਕਾਰੀ ਜ਼ਿੰਮੇਵਾਰ ਹੈ ਸਿਸਟਮ ਜ਼ਿੰਮੇਵਾਰ ਹੈ ਡੀਲਰ ਜ਼ਿੰਮੇਵਾਰ ਹੈ ਕਈ ਅਹਿਮ ਗੱਲਾਂ ਹੈਗੀਆਂ ਜਿਹੜੀਆਂ ਬ੍ਰੇਕ ਤੋਂ ਬਾਅਦ ਸਾਂਝੀਆਂ ਕਰਾਂਗੇ ਗਲੋਬਲ ਪੰਜਾਬ ਟੀ ਵੀ 'ਤੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ ਇੰਦਰਬੀਰ ਜੀ ਬ੍ਰੇਕ ਤੋਂ ਪਹਿਲਾਂ ਜਿੱਦਾਂ ਆਪਾਂ ਚਰਚਾ ਕਰ ਰਹੇ ਸੀ ਕਿ ਇਸ ਵੇਲੇ ਜਿਹੜਾ ਹੈਗਾ ਜੋ ਜਿਨ੍ਹਾਂ ਨੇ ਡੀਲਰਾਂ ਨੇ ਚਾਹੇ ਕੀਟਨਾਸ਼ਕਾਂ ਜਿਹੜੇ ਥੋਕ ਦੇ ਵਪਾਰੀ ਹੈ ਉਹਨਾਂ 'ਤੇ ਛਾਪੇ ਵੀ ਪੈ ਰਹੇ ਹੈ ਕੇਸ ਵੀ ਰਜਿਸਟਰ ਹੋ ਰਿਹਾ ਲੱਗਦਾ ਹੈ ਕੋਈ ਜਾਂਚ ਕਿਸੇ ਨਿਰਪੱਖ ਸਿੱਟੇ ਦੇ ਉੱਤੇ ਪਹੁੰਚੇਗੀ ਜਾਂ ਕਿਹੋ ਜਿਹੀ ਸਥਿਤੀ ਬਣੀ ਵੀ ਹੈ ਸਰ ਹਜੇ ਤਾਂ ਦੇਖੋ ਜਿਹੜੀ ਜੋ ਚੱਲ ਰਹੀ ਹੈ ਉਹ ਨਾਲ ਡਰ ਤਾਂ ਬਹੁਤ ਬੈਠ ਗਿਆ ਓਕੇ ਜਿੰਨੇ ਵੀ ਮਤਲਬ ADO ਡਿਪਟੀ ਡਾਇਰੈਕਟਰ ਜੁਆਇੰਟ ਡਾਇਰੈਕਟਰ ਦੇ ਬੰਦੇ ਹੈਗੇ ਹੈ ਉਹ ਸਾਰੇ ਛੁੱਟੀਆਂ ਦੇ ਕੇ ਚਲੇ ਗਏ ਹੈ ਮੈਨੂੰ ਤਾਂ ਵੱਡਾ ਕ੍ਰਾਈਸਿਸ ਲੱਗ ਰਿਹਾ ਕਿ ਅੱਗੇ ਜਿਹੜਾ ਵੀਟ ਦੇ ਉੱਤੇ ਆਉਣਾ ਜਦੋਂ ਇਹ ਬੀਜ ਵੰਡਿਆ ਜਾਣਾ ਉਹ ਵੰਡੇਗਾ ਕੌਣ ਜਦੋਂ ਬੰਦੇ ਹੀ ਹੈ ਨੀਗੇ ਅਤੇ ਸਾਰੇ ਡਾਇਰੈਕਟਰ ਔਰ ਹੀ ਸਾਰੇ ਛੱਡ ਕੇ ਚਲੇ ਗਏ ਹਾਂ ਉਹਨਾਂ ਈਵਨ ਮੇਰੇ ਖਿਆਲ ਰਾਤੀ ਸ਼ਾਇਦ FCD ਨਾਲ ਇਹਨਾਂ ਦੀ ਮੀਟਿੰਗ ਵੀ ਹੋਈ ਹੈ ADGP ਅਤੇ FCD ਦੀ ਰਾਤ ਨੂੰ ਕਿ ਤੁਸੀਂ ਮਤਲਬ ਡਰਾਓ ਨਾ ਜਿਹਨਾਂ ਨੂੰ ਤੁਸੀਂ ਗੱਲਬਾਤ ਲਈ ਬੁਲਾਉਣਾ ਤੁਸੀਂ ਬੁਲਾ ਲਓ ਅਰੈਸਟ ਨਾ ਕਰੋ ਕਿਉਂਕਿ ਅਰੈਸਟ ਤੋਂ ਬੰਦਾ ਡਰਦਾ ਹੈ ਅਤੇ ਉਹ ਰਾਤੀ ਵੀ ਮੀਟਿੰਗ ਹੋਈ ਹੈ ਸੋ ਇੱਕ ਤਾਂ ਇਹ ਪੁਆਇੰਟ ਹੈ ਦੂਜਾ ਜੋ ਸਰ ਕਹਿ ਰਹੇ ਸੀ ਨਾ ਕਿ ਇਹਨਾਂ ਦੀ ਸਭ ਤੋਂ ਮੇਨ ਰਿਸਪੋਂਸੀਬਿਲਟੀ ਤੁਸੀਂ ਦੇਖੋ ਵਿਧਾਨ ਸਭਾ ਦੇ ਅੰਦਰ ਲੀਡਰ ਆਫ ਆਪੋਜੀਸ਼ਨ ਫਲੋਰ ਆਫ ਦਾ ਹਾਊਸ ਕਹਿ ਰਿਹਾ ਜੀ CM ਦੇ ਸਾਹਮਣੇ ਕਿ ਮੈਂ ਜਦੋਂ ਤੋਤਾ ਸਿੰਘ ਨੇ ਜਿਹੜੇ ਐਗਰੀਕਲਚਰ ਮਿਨਿਸਟਰ ਨੇ ਉਹਨਾਂ ਨੂੰ ਕਿਹਾ ਅਤੇ ਤੋਤਾ ਸਿੰਘ ਜੀ ਨੇ ਆਪਣਾ ਐਗਰੀਕਲਚਰ ਦਾ ਚੀਫ ਐਗਰੀਕਲਚਰ ਆਫਿਸਰ ਭੇਜਿਆ ਬਜਾਏ ਉਹ ਇਹ ਕਿਸਾਨਾਂ ਦੇ ਖੇਤ ਦੇਖਣ ਦੇ ਸਾਰੇ ਬੰਦਿਆਂ ਤੋਂ 5,000 ਰੁਪਏ ਲੈ ਗਿਆ ਮੈਂ ਫਲੋਰ ਆਫ ਦਾ ਹਾਊਸ ਕਰਿਆ ਲੇਕਿਨ ਹਜੇ ਤੱਕ ਉਸ 'ਤੇ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਦੇਖੋ ਨਾ ਵੀ ਬੜੀ ਵੱਡੀ ਗੱਲ ਹੈ ਕਿ ਵਿਰੋਧੀ ਧਿਰ ਦਾ ਨੇਤਾ ਹਾਊਸ ਦੇ ਵਿੱਚ ਇਲਜ਼ਾਮ ਲਗਾ ਰਿਹਾ ਉਸ ਤੋਂ ਪਹਿਲਾਂ ਉਹਨੇ ਠੀਕ ਇਹੀ ਕਿਹਾ ਕਿ 5 ਸਾਲ ਪਹਿਲਾਂ ਉਹਨਾਂ ਨੇ ਬੀਜ ਘੁਟਾਲੇ 'ਚ ਇਹ ਦੋ ਅਫਸਰ ਪੜੇ ਸੀ ਜਿਹੜੇ ਡਾਇਰੈਕਟਰ ਹੈ ਜਾਂ ਦੂਸਰੇ ਹੈ ਉਹਨਾਂ 'ਤੇ ਕੀ ਕਾਰਵਾਈ ਹੋਈ ਉਹਨਾਂ ਤਾਂ ਬਲਕਿ ਤੁਸੀਂ ਡਾਇਰੈਕਟਰ ਬਣਾ ਤਾ ਜੋ ਕਾਰਵਾਈ ਹੁੰਦੀ ਤਾਂ ਸ਼ਾਇਦ ਪਹਿਲਾਂ ਹੋ ਜਾਂਦੀ ਤਾਂ ਮੈਨੂੰ ਲੱਗਦਾ ਕਿ ਇਹ ਵੀ ਸਿਚੁਏਸ਼ਨ ਨਾ ਬਣਦੀ ਜੀ ਓਕੇ ਉਹ ਇਹ ਜੀ ਨਹੀਂ ਆਈ ਦਵਿੰਦਰ ਜੀ ਇਹ ਸਾਰੀ ਸਥਿਤੀ ਦੇਖੋ ਦੂਜਾ ਪਹਿਲੂ ਵੀ ਹੈ ਉਹ ਪਹਿਲੂ ਹੈ ਜਦੋਂ ਆਪਾਂ ਗੱਲ ਕਰਦੇ ਹਾਂ ਖੇਤੀ ਅਧਿਕਾਰੀਆਂ ਦੀ ਜੇ ਆਪਾਂ ਗੱਲ ਕਰੀਏ ਖੇਤੀ ਮਾਹਰਾਂ ਦੀ ਜਿਨ੍ਹਾਂ 'ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੀ ਸ਼ਾਮਿਲ ਹੈ ਇਹ ਜਿਹੜੀ ਸਾਰੀ ਤਰਾਸਦੀ ਜਿਹੜੀ ਵਾਪਰੀ ਹੈ ਆਪਾਂ ਉਸ ਐਂਗਲ ਤੋਂ ਬਿਜ਼ਨਸ ਦੇ ਐਂਗਲ ਤੋਂ ਜਿਹੜੀਆਂ ਬੇਈਮਾਨੀਆਂ ਹੋਈਆਂ ਉਸ ਐਂਗਲ ਤੋਂ ਗੱਲ ਕਰਦੇ ਹਾਂ ਅਸੀਂ ਮੰਨਦੇ ਹਾਂ ਕਿ ਖੇਤੀ ਮਾਹਰ ਜਿਹੜੇ ਹੈਗੇ ਉਹ ਬੇਈਮਾਨ ਨਹੀਂ ਹੋਣਗੇ ਪਰ ਜਿਹੜੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਸੀ ਚਾਹੇ ਯੂਨੀਵਰਸਿਟੀ ਹੈ ਚਾਹੇ ਖੇਤੀ ਮਾਹਰ ਹੈ ਕਿਤੇ ਪੰਜਾਬ ਨੂੰ ਕਿਸਾਨ ਨੂੰ ਡੋਬਣ ਦੇ ਲਈ ਉਹ ਵੀ ਜ਼ਿੰਮੇਵਾਰ ਨੇ ਦੇਖੋ ਇੱਕ ਤਾਂ ਮੈਨੂੰ ਲੱਗਦਾ ਕਿ ਐਗਰੀਕਲਚਰ ਯੂਨੀਵਰਸਿਟੀ ਐਗਰੀਕਲਚਰ ਸਾਇੰਟਿਸਟ ਚਾਹੇ ਡਿਪਾਰਟਮੈਂਟ 'ਚ ਹੋਣ ਚਾਹੇ ਯੂਨੀਵਰਸਿਟੀ 'ਚ ਹੋਣ ਜੀ ਜੀ ਉਹਨਾਂ ਦੀ ਇੱਕ ਜਿਹੜੀ ਮਾਨਸਿਕਤਾ ਹੈ ਕਿਉਂਕਿ ਮੈਂ ਵੀ ਉਸ ਸਿਸਟਮ 'ਚ ਪੜ੍ਹਿਆ ਹੈਗਾ ਜੀ ਜੀ ਔਰ ਅਸੀਂ ਦੇਖਿਆ ਕਿ ਉਹ ਨਾਈਟ੍ਰੋਜਨ ਫੋਸਫੋਰਸ ਪੋਟਾਸ਼ ਨਾਈਟ੍ਰੋਜਨ ਫੋਸਫੋਰਸ ਪੋਟਾਸ਼ ਉਹ NPK ਤੋਂ ਇਲਾਵਾ ਅੱਗੇ ਕੁਝ ਸੋਚ ਹੀ ਨਹੀਂ ਸਕਦੇ ਹੈਗੇ ਜੀ ਉਹਨਾਂ ਦੀ ਪੂਰੀ ਪ੍ਰੋਗਰਾਮਿੰਗ ਇਸ ਤਰ੍ਹਾਂ ਹੋ ਚੁੱਕੀ ਹੁੰਦੀ ਹੈ ਕਿ ਉਹ ਕੈਮੀਕਲ ਪੈਸਟੀਸਾਈਡ ਨਹੀਂ ਪਾਓਗੇ ਤਾਂ ਖੇਤੀ ਤਬਾਹ ਹੋ ਜਾਏਗੀ ਉੱਥੋਂ ਤੱਕ ਉਹ ਪੂਰੀ ਟ੍ਰੇਨਿੰਗ ਉਹਨਾਂ ਦੀ ਉਸ ਤਰੀਕੇ ਨਾਲ ਹੋ ਚੁੱਕੀ ਹੁੰਦੀ ਹੈ ਔਰ ਉਹ ਜੈਨੂਇਨਲੀ ਬਿਲੀਵ ਕਰਦੇ ਆ ਕਿ ਇਹਦੇ ਇਲਾਵਾ ਕੋਈ ਰਸਤਾ ਨਹੀਂ ਹੈ ਹੁਣ ਤੁਸੀਂ ਦੇਖੋ ਅੱਜ ਇੱਕ ਰਿਪੋਰਟ ਛਪਦੀ ਹੈ ਕਿ ਪੰਜਾਬ ਸੋਚ ਰਿਹਾ ਹੈ ਕਿ ਬਈ ਡਿਪਾਰਟਮੈਂਟ ਐਗਰੀਕਲਚਰ ਨੂੰ ਦੋ 'ਚ ਹਿੱਸੇ 'ਚ ਕਰਤਾ ਜਾਏ ਇੱਕ ਪਲਾਂਟ ਪ੍ਰੋਡਕਸ਼ਨ ਬਣਾਤਾ ਜਾਏ ਡਿਪਾਰਟਮੈਂਟ ਉਹ ਤਾਂ ਹੋਰ ਵੀ ਹਾਨੀਕਾਰਕ ਹੋ ਜਾਏਗਾ ਹਾਂਜੀ ਕਿਉਂਕਿ ਜਿਹੜਾ ਦਵਾਈਆਂ ਨਾਲ ਤਾਂ ਪੰਜਾਬ ਦਾ ਪੰਜਾਬੀ 'ਚ ਕਹਿੰਦੇ ਬੇੜਾ ਗਰਕ ਹੋ ਗਿਆ ਹਾਲਾਂਕਿ ਗਲਤ ਸ਼ਬਦ ਹੈ ਤਾਂ ਉਹੀ ਤੁਸੀਂ ਹੋਰ ਬਣਾ ਦਿਓਗੇ ਅਗਰ ਤੁਸੀਂ ਅਲੱਗ ਇੱਕ ਪਲਾਂਟ ਪ੍ਰੋਡਕਸ਼ਨ ਡਿਪਾਰਟਮੈਂਟ ਬਣਾ ਦਿਓਗੇ ਤਾਂ ਕਹਿਣ ਦਾ ਮਤਲਬ ਹੈ ਕਿ ਉਹ ਉਸ ਮੈਂਟੈਲਿਟੀ 'ਚੋਂ ਨਹੀਂ ਨਿਕਲ ਪਾ ਰਹੇ ਬਾਹਰ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸ਼ਾਇਦ ਕਿ ਜੀਂਦ ਦਾ ਇੱਕ ਬੜਾ ਕਲਾਸਿਕ ਐਗਜ਼ਾਮਪਲ ਹੈ ਕਿ 18 ਪਿੰਡਾਂ ਵਿੱਚ ਕੋਈ ਪ੍ਰੋਬਲਮ ਨਹੀਂ ਹੋਇਆ ਵਾਈਟ ਫਲਾਈ ਦਾ ਕਿਉਂਕਿ ਉਹਨਾਂ ਨੇ ਕੀੜੇ ਹੀ ਚੰਗੇ ਕੀੜੇ ਨਾਲ ਮਾੜੇ ਕੀੜੇ ਦਾ ਕੰਟਰੋਲ ਕੀਤਾ ਅੱਜ ਕਿਸਾਨ ਜਿਹੜੇ ਹੈਗੇ ਹੈ ਉਹਨਾਂ ਨੂੰ ਬੁਲਾ ਰਹੇ ਹੈ ਉਹਨਾਂ ਤੋਂ ਸਿੱਖ ਰਹੇ ਹੈ ਤੁਹਾਨੂੰ ਹੈਰਾਨਗੀ ਹੋਏਗੀ ਐਗਰੀਕਲਚਰ ਯੂਨੀਵਰਸਿਟੀ ਦਾ ਕੋਈ ਬੰਦਾ ਉੱਥੇ ਨਹੀਂ ਪਹੁੰਚਿਆ ਸਰ ਇੱਦਾਂ ਨਹੀਂ ਤਾਂ ਅਸੀਂ ਇਹਨਾਂ ਦਿਨਾਂ 'ਚ ਜੋ ਆਹ ਕਰ ਰਹੇ ਹਾਂ ਜੀ ਔਰਗੈਨਿਕ ਕਿਸਾਨਾਂ ਵਾਲਿਆਂ ਨਾਲ ਜਾਂ ਨੈਚੁਰਲ ਕਿਸਾਨਾਂ ਉਹ ਖੁਦ ਦੱਸਦੇ ਕਹਿੰਦੇ ਕਿ ਸਾਡੀ ਤੁਹਾਨੂੰ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਅਸੀਂ ਤਾਂ ਮੈਨੇਜਮੈਂਟ ਕੀਤੀ ਹੈ ਕੀੜਾ ਆ ਗਿਆ ਠੀਕ ਹੈ ਕੋਈ ਗੱਲ ਨਹੀਂ ਉਹਨੂੰ ਬਜਾਏ ਇੱਥੇ ਆਇਆ ਤਾਂ ਉਹਦੇ ਨਾਲ ਕੋਈ ਹੋਰ ਚੀਜ਼ ਉਗਾ ਦਿਓ ਜਿਹਦੇ ਨਾਲ ਉਹ ਪਲਾਂਟ ਇਹ ਛੱਡ ਕੇ ਇੱਧਰ ਚਲਾ ਜਾਏ ਇਹ ਗਰੋ ਕਰ ਦੇਗਾ ਕੋਈ ਦਿੱਕਤ ਨਹੀਂ ਹੈ ਜੀ ਸਰ ਤੁਸੀਂ ਤੁਹਾਨੂੰ ਤਾਂ ਜ਼ਿਆਦਾ ਪਤਾ ਹੈ 125,000 ਕਰੋੜ ਰੁਪਇਆ ਦੀ ਤਾਂ ਅਸੀਂ
ਸਬਸਿਡੀਆਂ ਬਣਦੇ। ਮੈਨੂੰ ਸਮਝ ਨਹੀਂ ਆਉਂਦੀ ਗਵਰਨਮੈਂਟ ਉਹ ਵਾਲਾ ਥੋੜਾ ਜਿਹਾ ਘਟਾ ਕੇ ਇਹੋ ਜਿਹੇ ਕਿਸਾਨਾਂ ਨੂੰ ਪ੍ਰਮੋਟ ਕਿਉਂ ਨਹੀਂ ਕਰਦੇ ਜਾਂ ਇਸ ਕਿਸਮ ਦੀ ਖੇਤੀ ਨੂੰ ਪ੍ਰਮੋਟ ਕਿਉਂ ਨਹੀਂ ਕਰਦੇ? ਉਹ ਪਹਿਲਾਂ ਆਪਾਂ ਗੱਲ ਕੀਤੀ ਹੈ ਨਾ, ਇਸ ਕਰਕੇ ਨਹੀਂ ਕਰਦੇ ਕਿ ਸਾਰਾ ਕਮਰਸ਼ੀਅਲ ਇੰਟਰਸਟ ਤਾਂ ਉੱਥੇ ਹੀ ਹੈ। ਬਿਲਕੁਲ ਦਵਿੰਦਰ ਜੀ, ਇਸ ਮੁੱਦੇ ਨਾਲ ਇਹ ਜੁੜੀ ਵੀ ਗੱਲ ਇਹ ਵੀ ਹੈਗੀ ਹੈ ਕਿ ਜਦੋਂ ਆਪਾਂ ਦੇਖਦੇ ਹਾਂ ਸਰਕਾਰਾਂ ਦੇ ਬਜਟ, ਚਾਹੇ ਸਟੇਟ ਦਾ ਬਜਟ ਹੈ ਚਾਹੇ ਸੈਂਟਰ ਦਾ ਬਜਟ ਹੈ, ਜਦੋਂ ਜਿਹੜੀਆਂ ਸਰਕਾਰਾਂ ਆਪਣੇ ਬਜਟ ਦੇ ਜਿਹੜੇ ਖੇਤੀ ਬਜਟ ਹੈ ਉਹਨਾਂ 'ਚ ਲਗਾਤਾਰ ਉਹ ਸੁੰਗੜਦੇ ਜਾ ਰਹੇ, ਕਟੌਤੀ ਕੀਤੀ ਜਾ ਰਹੀ ਹੈ, ਤਾਂ ਖੋਜਾਂ ਕਿੱਥੋਂ ਹੋਣਗੀਆਂ ਜਦੋਂ ਐਗਰੀਕਲਚਰ ਯੂਨੀਵਰਸਿਟੀ ਨੂੰ ਆਪਣੇ ਮੁਲਾਜ਼ਮਾਂ ਲਈ ਤਨਖਾਹਾਂ ਹੀ ਨਹੀਂ ਦਿੱਤੀਆਂ ਜਾ ਰਹੀਆਂ, ਤਾਂ ਖੋਜਾਂ ਕਿੱਥੇ ਹੋਣਗੀਆਂ? ਇਹਦੇ ਵਿੱਚ ਦੋ ਗੱਲਾਂ ਹੈਗੀਆਂ ਜੀ। ਇੱਕ ਤੁਹਾਡੀ ਗੱਲ ਮੈਂ ਬਿਲਕੁਲ ਸਹਿਮਤ ਹੈ ਕਿ ਬਈ ਯੂਨੀਵਰਸਿਟੀਆਂ ਕੋਲ ਪੈਸਾ ਨਹੀਂ ਆ, ਕਿਉਂਕਿ ਸਰਕਾਰ ਪੈਸਾ ਨਹੀਂ ਲਗਾ ਰਹੀ ਹੈ ਜੀ ਜੀ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕੋਲ 60% ਜੋਬਸ ਖਾਲੀ ਪਏ। ਹੁਣ ਜਿਹੜੇ ਸਾਇੰਟਿਸਟ ਨੇ ਜੋਬਸ ਖਾਲੀ ਪਏ ਹੈ, ਓਬਵੀਅਸਲੀ ਯੂਨੀਵਰਸਿਟੀ ਰਿਸਰਚ ਸਫਰ ਕਰਦੀ ਹੈ, ਲੇਕਿਨ ਦੂਜੀ ਗੱਲ ਹੋਰ ਵੀ ਹੈ, ਜੇ ਉਹ ਜੋਬਸ ਆ ਵੀ ਜਾਣ ਤਾਂ ਵੀ ਉਹਨਾਂ ਨੇ NPK ਔਰ ਕੈਮੀਕਲ ਪੈਸਟੀਸਾਈਡ ਟੈਸਟ ਕਰਨੇ, ਉਹ ਤਾਂ ਅੱਗੇ ਨਿਕਲਣਗੇ। ਇਹ ਮੈਂਟੈਲਿਟੀ ਤੋਂ ਇਹ ਬਹੁਤ ਬੜੀ ਗੱਲ ਹੈ, ਬਿਲਕੁਲ ਨਹੀਂ ਜਾਂਦੇ ਜੀ ਜੀ ਜਾਣ ਨੂੰ ਤਿਆਰ। ਉਹਨੂੰ ਸ਼ਰਮ ਆਉਂਦੀ ਹੈ ਕਿ ਅਸੀਂ ਕਿਸਾਨਾਂ ਕੋਲ ਜਾ ਕੇ ਸਿੱਖਾਂਗੇ, ਸਾਨੂੰ ਬੜੀ ਆਪਣੀ ਜਿਹੜੀ ਸਾਡੀ ਇਨਸਲਟ ਫੀਲ ਕਰਦੇ ਹੈਗੇ। ਜਦ ਤੱਕ ਉਹ ਨਹੀਂ ਕਰਨਗੇ ਤਾਂ ਮੈਨੂੰ ਲੱਗਦਾ ਕਿ ਹੋਰ ਪੈਸਾ ਦੇਣ ਦਾ ਕੀ ਮਤਲਬ ਹੈਗਾ ਜੇ ਉਹਨਾਂ ਨੇ ਉਹੀ NPK ਜਾਂ ਉਹ ਵੀ ਤੁਸੀਂ ਦੇਖ ਲਓ। ਡਿਪਾਰਟਮੈਂਟ ਵਾਈਸ ਚਾਂਸਲਰ ਨੇ ਕਿਹਾ ਕਿ ਸਾਨੂੰ ਜ਼ਰੂਰਤ ਹੈ ਇੱਕ ਅਲੱਗ ਪਲਾਂਟ ਪ੍ਰੋਡਕਸ਼ਨ ਡਿਪਾਰਟਮੈਂਟ ਦੀ, ਕਿਉਂਕਿ ਅਸੀਂ ਇੰਟੈਂਸਿਵ ਐਗਰੀਕਲਚਰ ਜਾ ਰਹੇ ਹਾਂ। ਬਲਕਿ ਵਾਈਸ ਚਾਂਸਲਰ ਨੂੰ ਕਹਿਣਾ ਚਾਹੀਦਾ ਸੀ ਕਿ ਨਹੀਂ, ਅਸੀਂ ਹੁਣ ਰੈਡੀਕਲੀ ਓਵਰਹੌਲ ਕਰ ਰਹੇ ਹਾਂ, ਦੁਨੀਆ ਵੀ ਸਾਰੀ ਸਮਝ ਆ ਰਹੀ ਹੈ ਤੇ ਪੰਜਾਬ ਨੂੰ ਵੀ ਸਮਝ ਆਣੀ ਚਾਹੀਦੀ ਹੈ ਸਾਇੰਟਿਸਟਾਂ ਨੂੰ। ਲੇਕਿਨ ਕਿਤੇ ਉਹ ਦੂਜੇ ਐਂਗਲ ਤੋਂ ਗੱਲ ਕਰ ਰਹੇ ਹਾਂ ਇਹਦੇ ਵੀ, ਇਹਦੇ ਵਿੱਚ ਇੱਕ ਹੋਰ ਪਹਿਲੂ ਇਹ ਵੀ ਹੈ ਕਿ ਜਿੰਨਾ ਵੱਡੀ ਐਡੀ ਤਰਾਸਦੀ ਦੀ ਆਪਾਂ ਗੱਲ ਕਰਦੇ ਹਾਂ, ਮਾਲਵਾ ਪੱਟੀ ਦੀ ਗੱਲ ਹੈ, ਇਸ ਤੋਂ ਪਹਿਲਾਂ ਵੀ ਹੁੰਦਾ ਹੈ ਕਈ ਮੌਕਿਆਂ 'ਤੇ, ਜਿੱਦਾਂ ਪਹਿਲਾਂ ਦਵਿੰਦਰ ਜੀ ਨੇ ਗੱਲ ਕੀਤੀ ਕਿ ਬੇਮੌਸਮੀ ਬਾਰਿਸ਼ਾਂ ਹੋ ਗਈਆਂ, ਕੁਝ ਹੋਰ ਇੱਦਾਂ ਦਾ ਵਾਪਰ ਗਿਆ ਜਿਹੜਾ ਜਿਹਦੇ ਨਾਲ ਕਿਸਾਨ ਨੂੰ ਫੇਸ ਕਰਨਾ ਪੈਂਦਾ। ਲੱਗਦਾ ਨਹੀਂ ਕੋਈ ਇਸ ਤਰ੍ਹਾਂ ਦੀ ਪਾਲਿਸੀ ਵੀ ਹੋਣੀ ਚਾਹੀਦੀ ਹੈ, ਚਾਹੇ ਖੇਤੀ ਨਾਲ ਜੋੜ ਕੇ ਕੋਈ ਬੀਮਾ ਪਾਲਿਸੀ ਬਣੇ, ਆਖਿਰਕਾਰ ਆਫਤ ਦੇ ਵੇਲੇ ਕੁਝ ਤਾਂ ਕਿਸਾਨਾਂ ਦੀ ਬਾਂਹ ਫੜ ਸਕੇ। ਨਹੀਂ ਹੈ ਤਾਂ ਜਿਹੜੀ ਬੀਮਾ ਪਾਲਿਸੀ ਹੈ, ਲੇਕਿਨ ਉਹ ਸਾਨੂੰ ਸੂਟ ਹੀ ਨਹੀਂ ਕਰਦੀ ਹੈ। ਉਹ ਪਤਾ ਨਹੀਂ ਉਹ ਕਹਿ ਰਿਹਾ ਪੂਰੇ ਬਲੋਕ ਦੇ ਵਿੱਚ ਅਗਰ ਫਸਲ ਤਬਾਹ ਹੋਏ ਤਾਂ ਮੰਨਿਆ ਜਾਏਗਾ ਕਿ ਫਸਲ ਤਬਾਹ ਹੋਈ ਹੈ ਜੀ। ਇੰਡੀਵਿਜੁਅਲ ਲੈਵਲ ਤੱਕ ਜਦ ਤੱਕ ਉਹ ਨਹੀਂ ਹੈ ਤਾਂ ਨਹੀਂ, ਪਰ ਉਹਦੇ 'ਚ ਕਿਤੇ ਮੋਡੀਫਿਕੇਸ਼ਨ ਦੀ ਲੋੜ ਵੀ ਤਾਂ ਹੋ ਸਕਦੀ ਹੈ ਵੱਡੀ। ਹਾਂ ਹੋਣੀ ਚਾਹੀਦੀ ਹੈ, ਇਹ ਡਿਮਾਂਡ ਵੀ ਹੈ ਲੇਕਿਨ ਨਹੀਂ ਹੋ ਰਹੀ ਹੈ ਇਸ ਪੱਖੋਂ ਸਰਕਾਰਾਂ ਨਿਖਿੱਧ ਨੇ, ਮੈਨੂੰ ਲੱਗਦਾ ਜੀ ਨਹੀਂ ਕੰਮ ਕਰ ਰਹੀਆਂ। ਓਕੇ ਤੁਸੀਂ, ਤੁਹਾਡਾ ਤਜਰਬਾ ਕੀ ਕਹਿੰਦਾ ਕਿ ਆਖਿਰਕਾਰ ਕਈ ਵਾਰੀ ਜਿਹੜਾ ਕੁਦਰਤੀ ਪੱਧਰ 'ਤੇ ਵੀ ਆਫਤਾਂ ਵਾਪਰਦੀਆਂ, ਤਾਂ ਉਹਦੇ ਲਈ ਕੋਈ ਨਾ ਕੋਈ ਸਿਸਟਮ ਤਾਂ ਡਿਵੈਲਪ ਕਰਨਾ ਚਾਹੀਦਾ? ਹੁਣ ਤਾਂ ਬਹੁਤ ਚਰਚਾ ਹੋ ਰਹੀ ਹੈ ਇਸ ਗੱਲ 'ਤੇ, ਔਰ ਸਭ ਤੋਂ ਬੜੀ ਗੱਲ ਜਿਸ ਤਰ੍ਹਾਂ ਕਹਿ ਰਿਹਾ ਕਿ ਬਿਲਕੁਲ ਠੀਕ ਹੈ, ਐਕਸੈਪਟ ਕਰ ਲਿਆ ਗਿਆ ਕਿ ਜਿਹੜਾ ਪਹਿਲੇ ਮਾਡਲ ਸੀਗਾ ਜਾਂ ਇੰਸ਼ੋਰੈਂਸ ਜਿਹੜੀ ਹੋ ਰਹੀ ਸੀਗੀ ਜੀ ਬਿਲਕੁਲ ਬੇਕਾਰ ਸੀਗੀ, ਉਹ ਸਿਰਫ ਇੰਸ਼ੋਰੈਂਸ ਕੰਪਨੀ ਨੂੰ ਫਾਇਦਾ ਹੋਇਆ, ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ। ਬਲਕਿ ਨਾ ਤਾਂ ਕਿਸਾਨਾਂ ਨੂੰ ਪਤਾ ਕਿ ਸਾਨੂੰ ਇੰਸ਼ੋਰੈਂਸ ਕਿਨ ਕੀਤੀ ਹੈ, ਕਿਉਂਕਿ ਪੈਸਾ ਉਹਨਾਂ ਦਾ ਉੱਥੇ ਕੱਟ ਜਾਂਦਾ ਸੀਗਾ, ਪ੍ਰੀਮੀਅਮ ਜਿਹੜਾ ਹੈਗਾ ਬੈਂਕ ਤੋਂ ਕੱਟ ਜਾਂਦਾ ਸੀਗਾ ਜਿਹੜਾ ਲੋਨ ਲੈਂਦਾ, ਔਰ ਕੰਪਨੀਆਂ ਨੂੰ ਨਹੀਂ ਪਤਾ ਸੀਗਾ ਕਿ ਕਿਸਾਨ ਨੇ ਕੀ ਲਗਾਇਆ, ਕਿਉਂਕਿ ਉਹਨਾਂ ਨੇ ਪੈਸਾ ਉੱਥੋਂ ਕਲੈਕਟ ਕਰ ਲਿਆ ਆਪਣਾ ਚਲੇ ਗਏ। ਲੇਕਿਨ ਹੁਣ ਇਹ ਜਿਹੜੀ ਮਾਡਲ ਆ ਰਹੇ ਹੈ ਉਹਨਾਂ ਵਿੱਚ ਇੱਕ ਮਨ ਲੱਗਦਾ ਹਰਿਆਣਾ ਸਰਕਾਰ ਨੇ ਇੱਕ ਜਿਹੜਾ ਨਵਾਂ ਇੱਕ ਲੈ ਕੇ ਆ ਰਹੇ ਹੈ, ਉਹ ਦੇਖਣ ਵਾਲਾ ਮਾਡਲ ਹੈਗਾ, ਕਿਉਂਕਿ ਉਹਦੇ ਵਿੱਚ ਕੋਸ਼ਿਸ਼ ਹੋ ਰਹੀ ਹੈ ਕਿ ਇੱਕ ਤਾਂ ਪਰ ਯੂਨਿਟ ਹੋਏਗਾ, ਹਰੇਕ ਕਿਸਾਨ ਦਾ ਹੋਏਗਾ। ਫਿਰ ਉਹਨਾਂ ਨੇ ਕਿਹਾ ਸਭ ਤੋਂ ਬੜੀ ਪ੍ਰੋਬਲਮ ਆਉਂਦੀ ਕਿ ਜੀ ਉਹ ਅਸੈਸਮੈਂਟ ਕਿਸ ਤਰ੍ਹਾਂ ਕਰੋਗੇ? ਓਕੇ ਹੁਣ ਪਟਵਾਰੀ ਕਰਦਾ, ਪਟਵਾਰੀ ਅਸੀਂ ਕਹਿੰਦੇ ਜੋ ਮਰਜ਼ੀ ਕਰ ਲੈਂਦਾ ਬੈਠ ਕੇ। ਹੁਣ ਇੱਕ ਜੋ ਇਹ ਮੈਨੂੰ ਬੜੀ ਅੱਛੀ ਲੱਗਿਆ ਕਿ ਮੈਂ ਬਹੁਤ ਦਿਨਾਂ ਸਲਾਹ ਦੇ ਰਿਹਾ ਸੀਗਾ ਜਿਹਨਾਂ ਨੇ ਮੰਨ ਲਈ ਹੈ, ਉਹ ਇਹ ਸੀਗਾ ਕਿ ਵੀ ਪਟਵਾਰੀ ਦੇ ਨਾਲ ਨਾਲ ਐਗਰੀਕਲਚਰ ਡਿਵੈਲਪਮੈਂਟ ਆਫਿਸਰ ਸਰਕਾਰ ਦਾ ਹੁੰਦਾ, ਉਹ ਦੋਨੋਂ ਇਕੱਠੇ ਜਾਣ। ਉਹ ਅਗਰ ਦੋਨੋਂ ਹੋਣਗੇ ਤਾਂ ਕਰਪਸ਼ਨ ਦੇ ਚਾਂਸਿਸ ਘੱਟ ਜਾਂਦੇ ਹੈਗੇ। ਤਾਂ ਉਹਨਾਂ ਨੇ 4 ਸਟੇਜਿਸ ਬਣਾਤੀ ਹੈਗੀਆਂ ਉਹਨਾਂ ਨੇ, ਉਹ ਸੈਟੇਲਾਈਟ ਦਾ ਉਪਯੋਗ ਵੀ ਕਰਨਗੇ, ਸੈਟੇਲਾਈਟ ਇਮੇਜਰੀਸ ਦਾ ਉਪਯੋਗ ਕਰਨਗੇ, ਉਹਦੇ ਬਾਅਦ ਫਿਰ ਜਿਹੜਾ ਪ੍ਰੈਕਟੀਕਲ ਫਿਜ਼ੀਕਲ ਜਿਹੜਾ ਅਸੈਸਮੈਂਟ ਹੋਏਗਾ ਉਹਦੇ ਵਿੱਚ ਪਟਵਾਰੀ ਦੇ ਨਾਲ ਇਹ ਜਾਏਗਾ, ADO ਜਾਏਗਾ, ਔਰ ਫਿਰ ਸਰਪੰਚ ਵੀ ਉਹ 'ਚ ਇਨਵੋਲਵ ਕੀਤਾ ਜਾਏਗਾ। ਅਤੇ ਮਤਲਬ ਕਹਿੰਦਾ ਹੈਗਾ ਕਿ ਬਈ ਉਹ ਸਿਸਟਮ ਜਿਹੜਾ ਜਦ ਤੱਕ ਉਹ ਇਫੈਕਟਿਵ ਨਹੀਂ ਹੋਏਗਾ ਤਦ ਤੱਕ ਜਿਹੜਾ ਹੈਗਾ ਇਹਨੂੰ ਲਾਗੂ ਨਹੀਂ ਕੀਤਾ ਜਾ ਸਕਦਾ ਜੀ ਜੀ। ਇਹਦੇ ਵੀ ਇੱਕ ਬਹੁਤ ਹੀ ਡਿਬੇਟ ਦੇ ਉੱਤੇ ਅੰਤਿਮ ਪੜਾਅ 'ਤੇ ਜਾਣ ਤੋਂ ਪਹਿਲਾਂ ਇੱਕ ਮਾਮਲਾ ਹੈਗਾ ਕਿ ਜਿੱਦਾਂ ਦੀ ਸਥਿਤੀ ਜਿਹੜੀ ਹੈਗੀ ਪੈਦਾ ਬਣਨੀ ਹੈ, ਤਰਾਸਦੀ ਦੀ ਗੱਲ ਕਰਦੇ ਹਾਂ, ਫਾਰਮਰ ਦੇ ਸੁਈਸਾਈਡ ਦੀ ਗੱਲ ਕਰਦੇ ਹਾਂ, ਸਮਾਜਿਕ ਤੌਰ 'ਤੇ ਇੱਕ ਬੜੀ ਬੇਚੈਨੀ ਅਤੇ ਪਰਿਵਾਰ ਟੁੱਟ ਰਹੇ ਆਪਸ ਵਿੱਚ, ਇਸ ਸਾਰੇ ਵੱਡੇ ਮੁੱਦੇ ਦੇ ਉੱਤੇ ਇੱਕ ਤਾਂ ਗੱਲ ਹੈਗੀ ਆ ਕਿ ਕੀਟਨਾਸ਼ਕ ਦੇ ਮੁੱਦੇ 'ਤੇ ਕਿਤੇ ਡੀਲਰਾਂ ਦਾ ਕਸੂਰ ਹੈ, ਅਧਿਕਾਰੀਆਂ ਦਾ ਕਸੂਰ ਹੈ। ਤੁਸੀਂ ਕੋਈ ਇਹੋ ਜਿਹਾ ਮੈਸੇਜ ਕੋਈ ਦੇਣਾ ਚਾਹੁੰਦੇ ਕਿ ਦੇਸ਼ ਦੇ ਜਾਂ ਪੰਜਾਬ ਦੇ ਕਿਸਾਨ ਨੂੰ ਕਿਵੇਂ ਬਚਾਇਆ ਜਾ ਸਕਦਾ? ਸਰ ਮੈਨੂੰ ਲੱਗਦਾ ਕਿ ਥੋੜ੍ਹਾ ਜਿਹਾ ਨਾ ਗਵਰਨਮੈਂਟਾਂ ਨੂੰ ਹੁਣ ਇੱਧਰ ਉਹ ਧਿਆਨ ਡਾਈਵਰਟ ਕਰਨਾ ਚਾਹੀਦਾ। ਓਕੇ, ਮੈਨੂੰ ਲੱਗਦਾ ਕਿ ਜਿਵੇਂ ਸਰ ਨੇ ਕਿਹਾ ਔਰਗੈਨਿਕ ਵੱਲ ਇੱਕ ਅੱਛਾ ਹੋ ਸਕਦਾ ਸੀਗਾ, ਜਿਵੇਂ ਸਰ ਨੇ ਜੀਨ ਦੇ ਕਿਸਾਨਾਂ ਦੀ ਉਦਾਹਰਣ ਦਿੱਤੀ, ਜੀਨ ਦੇ ਪਿੰਡ ਕਈ ਮੰਨੇ ਹੋਏ ਨੇ, ਇਸ ਲਈ ਕੋਈ ਉਹ ਨਹੀਂ ਹੈ ਕਿ ਕੋਈ ਨਵੀਂ ਚੀਜ਼ ਉਹ ਕਰ ਰਹੇ ਹੈ, ਇਹ ਸਾਡੀ ਪੁਰਾਤਨ ਰਵਾਇਤਾਂ ਸੀਗੀਆਂ, ਅਸੀਂ ਉਹਦਾ ਖੇਤੀ ਕਰਦੇ ਰਹੇ ਹਾਂ। ਓਕੇ ਓਕੇ, ਜ਼ੀਰੋ ਐਕਸਪੈਂਸ ਐਗਰੀਕਲਚਰ
ਤੁਸੀਂ ਕੀ ਕਹਿਣਾ ਚਾਹੋ? ਸਭ ਤੋਂ ਬੜਾ ਰੋਲ ਜਿਹੜਾ ਹੈਗਾ ਉਹ ਆਮ ਉਪਭੋਗਤਾ ਦਾ ਹੈ, ਜਿਹੜਾ ਅਸੀਂ ਸ਼ਹਿਰ 'ਚ ਬੈਠੇ ਜਿਹੜਾ ਟੀ ਵੀ ਦੇਖ ਰਹੇ ਹਾਂ ਉਹਨਾਂ ਦਾ ਰੋਲ ਸਭ ਤੋਂ ਇੰਪੋਰਟੈਂਟ ਹੈ। ਸਾਡੇ ਔਰ ਕਿਸਾਨ ਦੇ ਵਿੱਚ ਇੱਕ ਡਿਸਕਨੈਕਟ ਆ ਗਿਆ। ਅੱਜ ਤੁਹਾਨੂੰ ਲੱਗਦਾ ਹੈ ਕਿ ਸਾਡੇ ਜਿਹੜਾ ਕਿਸਾਨ ਮਰ ਰਿਹਾ ਉਹ ਸਾਡਾ ਕੋਈ ਹੈਡਿਕ ਨਹੀਂ ਹੈ, ਉਹ ਪਤਾ ਨਹੀਂ ਕਿਸੇ ਹੋਰ ਦੇਸ਼ ਵਿੱਚ ਮਰ ਰਿਹਾ, ਸਾਡੇ ਦੇਸ਼ ਵਿੱਚ ਨਹੀਂ ਮਰ ਰਿਹਾ, ਇਹ ਸਾਡੇ ਆਮ ਜਨਤਾ ਸੋਚ ਹੈਗੀ। ਯੂਨੀਵਰਸਿਟੀਆਂ ਚਲੇ ਜਾਓ, ਉੱਥੇ ਕਿਸਾਨ ਦੀ ਗੱਲ ਕੋਈ ਨਹੀਂ ਹੁੰਦੀ ਹੈ, ਤੁਸੀਂ ਕਾਲਜ ਚਲੇ ਜਾਓ, ਤੁਸੀਂ ਸਰਕਾਰ ਦੇ ਵਿੱਚ ਚਲੇ ਜਾਓ, ਤੁਸੀਂ ਟੀਵੀ ਕੋਲ ਚਲੇ ਜਾਓ, ਕਿਤੇ ਗੱਲ ਨਹੀਂ ਹੁੰਦੀ ਹੈ। ਮੈਨੂੰ ਲੱਗਦਾ ਕਿ ਸਭ ਤੋਂ ਬੜਾ ਇੱਕ ਰੋਲ ਜਿਹੜਾ ਹੈਗਾ ਉਸ ਇਹ ਤਾਂ ਆਪਣੇ ਦੇਸ਼ ਵਿੱਚ ਹੋ ਗਿਆ, ਲੇਕਿਨ ਜਿਹੜੇ ਸਾਡੇ ਪੰਜਾਬ ਦੇ ਜਿਹੜੇ NRI ਹੈਗੇ ਬਾਹਰ ਰਹਿੰਦੇ ਹੈਗੇ, ਉਹਨਾਂ ਦਾ ਇੱਕ ਬਹੁਤ ਬੜਾ ਰੋਲ ਹੈਗਾ। ਦੇਖੋ ਉਹ ਚਾਹੇ ਪਿੰਡਾਂ 'ਚੋਂ ਸਾਰੇ ਗਏ ਹੈਗੇ, ਗੱਲਾਂ ਸਭ ਪਿੰਡਾਂ ਦੀ ਕਰਦੇ ਕਿ ਉਹਦੇ ਬਗੈਰ ਗੁਜ਼ਾਰਾ ਨਹੀਂ ਹੁੰਦਾ, ਲੇਕਿਨ ਮੈਂ ਐਕਸਪੈਕਟ ਕਰਦਾ ਕਿ NRI ਜਿਹੜੇ ਹੈਗੇ ਆਪਣੀ ਆਵਾਜ਼ ਉਠਾਣਗੇ, ਕਿਉਂਕਿ ਇਹਨਾਂ ਦੀ ਆਵਾਜ਼ ਉਠਾਈ ਹੋਈ ਜਿਹੜੀ ਹੈਗੀ ਬਹੁਤ ਦੂਰ ਤੱਕ ਜਾਂਦੀ ਹੈ, ਬਹੁਤ ਜ਼ੋਰ ਨਾਲ ਸਭ ਸਭ ਸੁਣਦੇ। ਜੀ ਜੀ, ਇਹ ਬਿਲਕੁਲ ਸਹੀ ਹੈ ਕਿ ਪੰਜਾਬ 'ਚ ਬਹੁਤ ਸਾਰੇ ਘਰ ਹੋਣਗੇ ਜਿਨ੍ਹਾਂ ਘਰਾਂ ਦੇ ਵਿੱਚ ਇਹੋ ਜਿਹੀ ਤ੍ਰਾਸਦੀ ਕਾਰਨ ਸੱਥਰ ਵਿਛ ਚੁੱਕੇ ਆ, ਜਿੱਥੇ ਸੱਥਰ ਨਹੀਂ ਵੀ ਵਿਛੇ ਉਹ ਵੀ ਕੱਖੋਂ ਹੌਲੇ ਹੋ ਗਏ ਆ। ਸਾਡੇ ਮਹਿਮਾਨਾਂ ਦੀ ਵੀ ਇਹ ਰਾਏ ਹੈ ਕਿ ਲੱਗਦਾ ਕਿ ਮਾਮਲਾ ਹੁਣ ਕੇਵਲ ਸਰਕਾਰਾਂ ਦੇ ਬਸ ਦਾ ਨਹੀਂ, ਚਾਹੇ ਅਸੀਂ ਇੱਧਰ ਬੈਠੇ ਹਾਂ ਚਾਹੇ ਦੇਸ਼ ਵਿਦੇਸ਼ 'ਚ ਬੈਠੇ ਪੰਜਾਬੀ ਹੈ, ਸਾਨੂੰ ਸਾਰਿਆਂ ਨੂੰ ਸਿਰ ਜੋੜ ਕੇ ਸੋਚਣ ਦੀ ਲੋੜ ਹੈ। ਜਿੱਦਾਂ ਦਵਿੰਦਰ ਜੀ ਨੇ ਗੱਲ ਕਹੀ ਹੈ ਕਿ ਪੰਜਾਬ ਨੂੰ ਕਿਵੇਂ ਬਚਾਇਆ ਜਾ ਸਕਦਾ, ਇਹ ਬਿਲਕੁਲ ਸਹੀ ਹੈ ਕਿ ਅਗਲੇ ਦਿਨਾਂ 'ਚ ਸਰਦੀਆਂ ਦਾ ਮੌਸਮ ਆਉਣ ਵਾਲਾ ਹੈ, ਵਿਦੇਸ਼ਾਂ 'ਚ ਬੈਠੇ ਪੰਜਾਬੀ ਪ੍ਰਵਾਸੀ ਪੰਜਾਬੀ ਜਦੋਂ ਇੱਧਰ ਆਉਂਦੇ ਹੈ ਤਾਂ ਆਪਣੇ ਵੱਡੇ ਵਡੇਰਿਆਂ ਦੇ ਨਾਂ 'ਤੇ ਜਾਂ ਆਪਣਾ ਨਾਂ ਉੱਚਾ ਕਰਨ ਦੇ ਲਈ ਪਿੰਡਾਂ 'ਚ ਕਬੱਡੀ ਅਤੇ ਹੋਰ ਟੂਰਨਾਮੈਂਟ ਕਰਵਾਉਂਦੇ ਹੈ, ਗਾਉਣ ਵਜਾਉਣ ਦੀਆਂ ਗੱਲਾਂ ਕਰਦੇ ਹੈ, ਪਰ ਇਸ ਵੇਲੇ ਤਾਂ ਪੰਜਾਬ ਦਾ ਚੁੱਲ੍ਹਾ ਹੀ ਠੰਡਾ ਪਿਆ ਤਾਂ ਕਬੱਡੀ ਦੇ ਨਾਂ 'ਤੇ ਕਿਹੜਾ ਪੰਜਾਬ ਦਾ ਜਵਾਨ ਆ ਕੇ ਥਾਪੀ ਮਾਰੇਗਾ? ਸਾਨੂੰ ਵੱਡਾ ਕੁਝ ਸੋਚਣ ਦੀ ਲੋੜ ਹੈ, ਵੱਡਾ ਕੁਝ ਕਰਨ ਦੀ ਲੋੜ ਹੈ। ਆਓ ਰਲ ਕੇ ਇਸ ਮੁੱਦੇ 'ਤੇ ਅਸੀਂ ਸੋਚੀਏ ਜ਼ਰੂਰ। ਇਹਨਾਂ ਮੁੱਦਿਆਂ 'ਤੇ ਚਰਚਾ 'ਚ ਸ਼ਾਮਿਲ ਹੋਣ ਲਈ ਮੈਂ ਦਵਿੰਦਰ ਸ਼ਰਮਾ ਜੀ ਔਰ ਇੰਦਰਪ੍ਰੀਤ ਸਿੰਘ ਦੋਨਾਂ ਮਹਿਮਾਨਾਂ ਦਾ ਧੰਨਵਾਦੀ ਹੈ। ਤੁਸੀਂ ਵੀ ਆਪਣੀ ਇਸ ਮੁੱਦੇ 'ਤੇ ਆਪਣੀ ਰਾਏ ਦੇਣ ਦੇ ਲਈ, ਸਾਡੇ ਪ੍ਰੋਗਰਾਮ ਦਾ ਪਤਾ ਹੈ, ਇਸ ਦੋ ਪੜਾਵੀ ਚਰਚਾ ਬਾਰੇ ਕੁਝ ਵੀ ਜੋ ਕਹਿਣਾ ਚਾਹੋਗੇ। ਜਗਤਾਰ ਸਿੱਧੂ @ globalpunjabtv.com